ਤੌਬਾ ਤੌਬਾ ਤੌਬਾ। ਦੇਖੋ ਕਿਵੇਂ ਸਪਾ ਸੈਂਟਰ ਦੀ ਆੜ 'ਚ ਗਲਤ ਕੰਮ ਚੱਲ ਰਿਹਾ ਸੀ। ਦੋ ਦੋ ਸਪਾ ਸੈਂਟਰਾਂ 'ਤੇ ਪੁਲਿਸ ਨੇ ਰੇਡ ਮਾਰੀ, ਹੱਕੀ ਬੱਕੀ ਰਹਿ ਗਈ ਪੁਲਿਸ ਅੰਦਰੋਂ ਵੇਖ ਕੇ। ਦੇਖੋ ਕਿਵੇਂ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਸੀ, ਅੰਦਰ ਲਾਈਟਾਂ ਜਲ ਰਹੀਆਂ ਸੀ, ਕੁਝ ਕੁੜੀਆਂ ਵੀ ਮੌਜੂਦ ਸੀ। ਹਾਲਾਂਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹਨਾਂ ਦੋ ਸਪਾ ਸੈਂਟਰਾਂ ਦੇ ਵਿੱਚ ਗਲਤ ਧੰਦਾ ਹੁੰਦਾ ਹੈ। ਸਪਾ ਸੈਂਟਰ ਦੀ ਆੜ 'ਚ ਮਸਾਜ ਕਰਾਉਣ ਦੀ ਆੜ ਦੇ ਵਿੱਚ ਇਹ ਗਲਤ ਧੰਦਾ ਚਲਾਉਂਦੇ ਨੇ, ਤਾਂ ਪੁਲਿਸ ਨੇ ਰੇਡ ਮਾਰੀ ਅਤੇ ਇੱਕ ਸਪਾ ਸੈਂਟਰ ਦੇ ਮਾਲਕ ਨੂੰ ਮੌਕੇ 'ਤੇ ਕਾਬੂ ਵੀ ਕਰ ਲਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਰਨਾਲਾ ਦੀਆਂ, ਜਿੱਥੇ ਪੁਲਿਸ ਦੇ ਵੱਲੋਂ ਦੋ ਸਪਾ ਸੈਂਟਰਾਂ 'ਤੇ ਰੇਡ ਮਾਰੀ ਗਈ ਹੈ। ਬਰਨਾਲਾ ਪੁਲਿਸ ਨੇ ਸਪਾ ਸੈਂਟਰ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਅੱਗੇ ਤੋਂ ਜਿਸਮ ਫਰੋਸ਼ੀ ਦਾ ਯਾਨੀ ਕਿ ਗਲਤ ਧੰਦਾ ਕਰਾਉਣਾ ਬੰਦ ਕੀਤਾ ਜਾਵੇ, ਇਹ ਚੇਤਾਵਨੀ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਹੈ SHO ਨੇ, ਜਿਨ੍ਹਾਂ ਦੀ ਟੀਮ ਦੇ ਵੱਲੋਂ ਇਹ ਰੇਡ ਮਾਰੀ ਗਈ। ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਈਆਂ ਨੇ ਅੰਦਰੋਂ, ਦੇਖ ਸਕਦੇ ਹੋ ਕਿ ਕਿਵੇਂ ਰੰਗ ਬਿਰੰਗੀਆਂ ਲਾਈਟਾਂ, ਅਲੱਗ ਅਲੱਗ ਕੈਬਨ ਬਣੇ ਹੋਏ ਨੇ, ਕੁਝ ਕੁੜੀਆਂ ਵੀ ਇਸ ਸਪਾ ਸੈਂਟਰ ਦੇ ਵਿੱਚ ਮੌਜੂਦ ਸਨ। ਤਾਂ ਇਹਨਾਂ ਸਪਾ ਸੈਂਟਰ ਵਾਲਿਆਂ ਦੇ ਵੱਲੋਂ ਕਈ ਲੋਕਾਂ ਨੂੰ ਠੱਗਿਆ ਵੀ ਜਾਂਦਾ ਹੈ, ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਇੱਥੇ ਸਪਾ ਸੈਂਟਰ ਚਲਾ ਰਹੇ ਸੀ। ਲੋਕ ਇਹਨਾਂ ਕੋਲ ਆਉਂਦੇ ਨੇ, ਨੌਜਵਾਨ ਜਿਹੜੇ ਕਿ ਹਾਲੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਵੀ ਇੱਥੇ ਆ ਕੇ ਵਿਗੜ ਜਾਂਦੇ ਨੇ। ਅਤੇ ਹੁਣ ਪੁਲਿਸ ਨੇ ਇਹਨਾਂ 'ਤੇ ਸਖ਼ਤੀ ਕੀਤੀ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਵਾਰਨਿੰਗ ਦਿੱਤੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਹੋਇਆ ਤਾਂ ਚੰਗਾ ਨਹੀਂ ਹੋਵੇਗਾ। ਤਾਂ ਦੇਖੋ ਇਹ ਤਸਵੀਰਾਂ ਜੋ ਬਰਨਾਲਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੁਲਿਸ ਨੇ ਦੋ ਸਪਾ ਸੈਂਟਰਾਂ ਦੇ ਵਿੱਚ ਰੇਡ ਮਾਰੀ ਹੈ। ਇਹਨਾਂ ਨੇ SHO City 1 ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸਾਨੂੰ ਇਹਦੇ ਸੰਬੰਧੀ ਇਤਲਾਹ ਮਿਲੀ ਸੀਗੀ ਵੀ ਕਰਾਊਨ ਸਪਾ ਅਤੇ O3 ਇਹ ਦੋ ਸਪਾ ਨੇ ਆਪਣਾ ITI ਰੋਡ 'ਤੇ, ਅਤੇ ਅਸੀਂ ਉੱਥੇ ਰੇਡ ਕੀਤੀ ਸੀਗੀ ਅਤੇ ਸਾਨੂੰ ਉੱਥੇ ਇਹਦਾ ਜਿਹੜਾ O3 ਆ ਇਹਦਾ ਜਿਹੜਾ ਮਾਲਕਾ ਪ੍ਰਵੀਨ ਵਾਸੀ ਬਰਨਾਲਾ ਅਤੇ ਕਰਾਊਨ ਸਪਾ ਦਾ ਜਿਹੜਾ ਮਾਲਕਾ ਗੁਰਜੀਤ ਸਾਨੂੰ ਓਮ ਪ੍ਰਕਾਸ਼ ਵਾਸੀ ਕੁਰੂਕਸ਼ੇਤਰ, ਇਹ ਦੋ ਬੰਦਿਆਂ ਦਾ ਅਸੀਂ ਪਰਚਾ ਦਿੱਤਾ। ਇਹ ਸਪਾ ਸੈਂਟਰ ਦੀ ਆੜ ਦੇ ਵਿੱਚ ਗੋਲਕ ਧੰਦਾ ਚਲਾਉਂਦੇ ਸੀਗੇ ਅਤੇ ਮੌਕੇ 'ਤੇ ਸਾਨੂੰ ਗੁਰਜੀਤ ਸਿੰਘ ਸਾਨੂੰ ਓਮ ਪ੍ਰਕਾਸ਼ ਮਿਲ ਗਿਆ ਅਤੇ ਬਾਕੀਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਤੇ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਅਤੇ ਅੰਦਰ ਦੇਵਾਂਗੇ। ਅਸੀਂ ਸਾਰਿਆਂ ਵੱਖ ਵੱਖ ਜਿੰਨੇ ਵੀ ਸੀਗੇ ਉਹਨਾਂ ਦੇ ਅਸੀਂ ਸਾਰਿਆਂ 'ਤੇ ਰੇਡ ਕੀਤੀ ਅੱਜ ਅਤੇ ਉੱਥੇ ਸਾਰਾ ਅਸੀਂ ਚੈੱਕ ਕੀਤਾ ਅਤੇ ਹੋਰ ਕਿਤੇ ਇਸ ਸੰਬੰਧੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਜਾਂ ਉੱਥੋਂ ਕੋਈ ਇਤਰਾਜ਼ਯੋਗ ਨਹੀਂ ਕੁਛ ਪਾਇਆ ਗਿਆ ਅਤੇ ਸਾਰਿਆਂ ਨੂੰ ਅਸੀਂ ਸਖ਼ਤ ਹਦਾਇਤ ਕੀਤੀ ਹੈ ਵੀ ਇਸ 'ਤੇ ਸਪਾ ਸੈਂਟਰਾਂ ਦਾ ਇੱਥੇ ਸਿਰਫ ਮਸਾਜ ਹੀ ਹੋਣੀ ਚਾਹੀਦੀ ਹੈ। ਤੌਬਾ ਤੌਬਾ ਤੌਬਾ। ਦੇਖੋ ਕਿਵੇਂ ਸਪਾ ਸੈਂਟਰ ਦੀ ਆੜ 'ਚ ਗਲਤ ਕੰਮ ਚੱਲ ਰਿਹਾ ਸੀ। ਦੋ ਦੋ ਸਪਾ ਸੈਂਟਰਾਂ 'ਤੇ ਪੁਲਿਸ ਨੇ ਰੇਡ ਮਾਰੀ, ਹੱਕੀ ਬੱਕੀ ਰਹਿ ਗਈ ਪੁਲਿਸ ਅੰਦਰੋਂ ਵੇਖ ਕੇ। ਦੇਖੋ ਕਿਵੇਂ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਸੀ, ਅੰਦਰ ਲਾਈਟਾਂ ਜਲ ਰਹੀਆਂ ਸੀ, ਕੁਝ ਕੁੜੀਆਂ ਵੀ ਮੌਜੂਦ ਸੀ। ਹਾਲਾਂਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹਨਾਂ ਦੋ ਸਪਾ ਸੈਂਟਰਾਂ ਦੇ ਵਿੱਚ ਗਲਤ ਧੰਦਾ ਹੁੰਦਾ ਹੈ। ਸਪਾ ਸੈਂਟਰ ਦੀ ਆੜ 'ਚ ਮਸਾਜ ਕਰਾਉਣ ਦੀ ਆੜ ਦੇ ਵਿੱਚ ਇਹ ਗਲਤ ਧੰਦਾ ਚਲਾਉਂਦੇ ਨੇ, ਤਾਂ ਪੁਲਿਸ ਨੇ ਰੇਡ ਮਾਰੀ ਅਤੇ ਇੱਕ ਸਪਾ ਸੈਂਟਰ ਦੇ ਮਾਲਕ ਨੂੰ ਮੌਕੇ 'ਤੇ ਕਾਬੂ ਵੀ ਕਰ ਲਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਰਨਾਲਾ ਦੀਆਂ, ਜਿੱਥੇ ਬਰਨਾਲਾ ਪੁਲਿਸ ਦੇ ਵੱਲੋਂ ਦੋ ਸਪਾ ਸੈਂਟਰਾਂ 'ਤੇ ਰੇਡ ਮਾਰੀ ਗਈ ਹੈ। ਬਰਨਾਲਾ ਪੁਲਿਸ ਨੇ ਸਪਾ ਸੈਂਟਰ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਅੱਗੇ ਤੋਂ ਜਿਸਮ ਫਰੋਸ਼ੀ ਦਾ ਯਾਨੀ ਕਿ ਗਲਤ ਧੰਦਾ ਕਰਾਉਣਾ ਬੰਦ ਕੀਤਾ ਜਾਵੇ, ਇਹ ਚੇਤਾਵਨੀ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਹੈ SHO ਨੇ, ਜਿਨ੍ਹਾਂ ਦੀ ਟੀਮ ਦੇ ਵੱਲੋਂ ਇਹ ਰੇਡ ਮਾਰੀ ਗਈ। ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਈਆਂ ਨੇ ਅੰਦਰੋਂ, ਦੇਖ ਸਕਦੇ ਹੋ ਕਿ ਕਿਵੇਂ
ਰੰਗ ਬਿਰੰਗੀਆਂ ਲਾਈਟਾਂ, ਅਲੱਗ ਅਲੱਗ ਕੈਬਨ ਬਣੇ ਹੋਏ ਨੇ। ਕੁਝ ਕੁੜੀਆਂ ਵੀ ਇਸ ਸਪਾ ਸੈਂਟਰ ਦੇ ਵਿੱਚ ਮੌਜੂਦ ਸਨ। ਤਾਂ ਇਹਨਾਂ ਸਪਾ ਸੈਂਟਰ ਵਾਲਿਆਂ ਦੇ ਵੱਲੋਂ ਕਈ ਲੋਕਾਂ ਨੂੰ ਠੱਗਿਆ ਵੀ ਜਾਂਦਾ ਹੈ, ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਇੱਥੇ ਸਪਾ ਸੈਂਟਰ ਚਲਾ ਰਹੇ ਸੀ। ਲੋਕ ਇਹਨਾਂ ਕੋਲ ਆਉਂਦੇ ਨੇ, ਨੌਜਵਾਨ ਜਿਹੜੇ ਕਿ ਹਾਲੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਵੀ ਇੱਥੇ ਆ ਕੇ ਵਿਗੜ ਜਾਂਦੇ ਨੇ। ਅਤੇ ਹੁਣ ਪੁਲਿਸ ਨੇ ਇਹਨਾਂ 'ਤੇ ਸਖਤੀ ਕੀਤੀ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਵਾਰਨਿੰਗ ਦਿੱਤੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਹੋਇਆ ਤਾਂ ਚੰਗਾ ਨਹੀਂ ਹੋਵੇਗਾ। ਤਾਂ ਦੇਖੋ ਇਹ ਤਸਵੀਰਾਂ ਜੋ ਬਰਨਾਲਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੁਲਿਸ ਨੇ ਦੋ ਸਪਾ ਸੈਂਟਰਾਂ ਦੇ ਵਿੱਚ ਰੇਡ ਮਾਰੀ ਹੈ।